acceptables. ਪਿਆਰ ਭਰੀ ਸਤਿ ਸ਼੍ਰੀ ਅਕਾਲ ਜਾਂ ਮਸਤਾਂ ਦੀ ਨਮਸਤੇ ਸਭ ਨੂੰ। ਸੋ ਕਾਫੀ ਜਣੇ ਮੇਰਾ ਨਾਮ ਨਹੀਂ ਜਾਣਦੇ, ਪਰ ਇੰਨਾ ਜ਼ਰੂਰ ਜਾਣਦੇ ਕਿ ਹਿਮਾਚਲ ਵਾਲੀ ਜਾਣਦੇ ਆ। ਨਾਮ ਮੇਰਾ ਘੱਟ ਹੀ ਜਾਣਦੇ, ਅੰਮ੍ਰਿਤ ਕੌਰ ਗੀਤ। ਸੋ ਮੈਂ ਸਾਈਂ ਜੀ ਦੀ ਸ਼ੁਕਰਗੁਜ਼ਾਰ ਹਾਂ ਕਿ ਦੂਜੀ ਵਾਰ ਮੈਂ ਜ਼ਬਰਦਸਤੀ ਆ ਗਈ। ਕਹਿੰਦੇ ਨੇ ਰੂਹ ਜਦੋਂ ਕਿਤੇ ਨਜ਼ਰਾਨਾ ਹੋ ਜਾਂਦਾ ਉਹ ਬਾਬਾ ਜੀ ਆਪ ਹੀ ਸੱਦ ਲੈਂਦੇ ਆ। ਮੈਨੂੰ 3 ਦਿਨ ਹੋ ਗਿਆ ਨਕੋਦਰ ਵਿੱਚ, ਸਭ ਤੋਂ ਪਹਿਲੇ ਬਾਪੂ ਲਾਲ ਪਾਤਸ਼ਾਹ ਜੀ ਨੇ ਹਾਜ਼ਰ ਲਗਾਈ ਸੀ, ਅੱਜ ਸੂਰਾਪੁਰਾ ਦਰਬਾਰ ਤੇ ਇੱਕ ਵਾਰ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦਊਂ। ਉੱਥੇ ਮੌਕਾ ਮਿਲਿਆ ਸੀਗਾ, ਅੱਗੇ ਜਿਵੇਂ ਤੁਹਾਡਾ ਹੁਕਮ। ਮੇਲਾ ਫਿਰ ਗਿਆ ਯਾਰਾਂ ਨੂੰ ਯਾਰ ਮਿਲ ਗਏ, ਮੇਰੇ ਤਾਤਾ ਨੇ ਰੌਣਕ ਲਾਈ ਹੋਈ ਹੈ, ਉਹ ਮੇਰੇ ਸਾਈਂ ਦਾ ਨਾਮ ਸੁਣ ਗਈ ਹੈ। ਦੁਨੀਆ ਚਾਰ ਚੁਪੇਰਿਓ ਆਈ ਹੋਈ ਹੈ, ਬੜਾ ਪਿਆਰ ਮੇਰਾ ਅੱਜ ਮੇਲਾ ਹੈ ਦਾਤਾ ਤੇਰਾ, ਅੱਜ ਮੇਲਾ ਹੈ ਸਾਇਆ ਤੇਰਾ, ਸਭ ਕੇ ਜਾਣਾ ਮਾਤਾ ਲੱਖ ਵਾਰੀ ਅੱਜ ਸੁਣੀ ਕਰਾਂ। ਜਿਵੇਂ ਵੀ ਸੰਗਤ ਬੈਠੇ ਇੱਕ ਵਾਰ ਹੱਥ ਤਾਂ ਕਰਕੇ, ਸੱਜੇ ਅੱਜ ਦਰਬਾਰ ਤੇਰਾ, ਸੱਜੇ ਅੱਜ ਦਰਬਾਰ ਤੇਰਾ, ਚੰਗਾ ਹੋਵੇ ਯਾਰ ਤੇ ਹਰ ਕੋਈ ਸੜੀਦਾ,
शहर मेरे नाल लड़ा ਰਾ
ਸਾਇਆ ਤੇਰੀ ਯਾਰੀ ਨੇ ਉਹ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ ਸੋ ਸਾਰੀ ਸੰਗਤ ਨੇ ਮਿੱਠੀ ਮਿੱਠੀ ਤਾਲੀ ਦਾ ਸਾਥ ਦੇਣਾ ਕਿਉਂ ਕਹਿਣਾ ਹੈ ਰਾਜੇ ਦੇ ਦਰ ਜਾ ਕੇ ਰਾਜੇ ਦੇ ਦਰ ਜਾ ਕੇ ਰਾਜੇ ਦੇ ਦਰ ਜਾ ਕੇ ਸ਼ਾਹ ਦਰਬਾਰ ਨੇ ਇੱਕ ਵਾਰ ਹੱਥ ਤਾਂ ਕਰਕੇ ਉਹ ਸਭ ਦਿਲ ਨੂੰ ਕੁੰਡੀ ਕੁੜੀ ਲਈ ਤਾੜੀਆਂ ਮਾਰਿਓ। ਇੰਗਲੈਂਡ ਦੇ ਵਿੱਚ ਥਿੰਦ ਪ੍ਰਮੋਟਰ ਮੇਲਾ ਦੇਖ ਰਹੇ ਆ, ਉਹਨਾਂ ਦਾ ਮੈਨੂੰ ਮੈਸੇਜ ਆ ਗਿਆ ਕਿ ਸਾਈਂ ਜੀ ਇਹ ਕੁੜੀ ਨੂੰ ਪ੍ਰਮੋਟ ਅਸੀਂ ਕਰਾਂਗੇ ਤੇ ਇਹਦਾ ਇੰਗਲੈਂਡ ਦਾ ਟੂਰ ਹੁਣ ਸਮਝੋ ਪੱਕਾ ਹੀ ਆ। ਤੇਰੀ ਬਾਬੇ ਨੇ ਸੁਣ ਲਿਆ, ਇੱਕ ਵਾਰ ਤਾੜੀ ਲਾ ਦੋ ਸਾਈਂ ਜੀ ਦੇ ਨਾਤੇ। ਕੀ ਕਹਿੰਦੇ ਨੇ, ਮੈਂ ਬੜੀ ਸ਼ੁਕਰਗੁਜ਼ਾਰ ਹਾਂ ਹਿਮਾਚਲ ਦੀ ਧਰਤੀ ਤੋਂ ਨਿਕਲ ਕੇ ਪੰਜਾਬ ਵਿੱਚ ਇੱਦਾਂ ਦਾ ਪਿਆਰ ਦਿਲ ਭਰਿਆ ਹੋਇਆ ਅੰਦਰੋਂ। ਪਰ ਸਪੈਸ਼ਲੀ ਥੈਂਕਸ ਮੈਂ ਪੰਜਾਬ ਲਾਈਵ ਟੀਵੀ ਦਾ, ਇੱਕ ਵਾਰ ਉਹਨਾਂ ਦੇ ਨਾਂ 'ਚ ਜ਼ੋਰਦਾਰ ਤਾੜੀ ਲਾ ਦਿਓ, ਜਿਹੜੇ ਮੈਨੂੰ 18-19 ਤਰੀਕ ਦੀ ਮੈਂ ਆਈ ਹਾਂ, ਮੈਨੂੰ ਬਾਈਕ 'ਤੇ ਲੈ ਕੇ ਗੱਡੀਆਂ 'ਤੇ ਲੈ ਕੇ ਹਰ ਜਗ੍ਹਾ ਮੇਲੇ 'ਤੇ ਲੈ ਕੇ ਜਾ ਰਹੀ, ਇੱਕ ਵਾਰ ਇਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀ ਲਾ ਦਿਓ। ਕਿਉਂਕਿ ਇੱਕ ਕਲਾਕਾਰ ਸਟੇਜ 'ਤੇ ਖੜ੍ਹਦਾ ਹੈ, ਉਹਦੇ ਪਿੱਛੇ ਬਹੁਤ ਜਣੇ ਹੁੰਦੇ ਆ ਜਿਨ੍ਹਾਂ ਦੀ ਸ਼ਕਲ ਜਾਂ ਚਿਹਰਾ ਕੈਮਰੇ ਅੱਗੇ ਨਹੀਂ ਆਉਂਦਾ। ਪੰਜਾਬ ਲਾਈਵ ਟੀਵੀ ਤੋਂ ਗੋਪੀ ਭਾਅ ਜੀ, ਪਾਟੀਆ ਭਾਅ ਜੀ ਅਤੇ ਦੀਪਕ ਔਰ ਸਾਡੇ ਰਿੰਕੂ ਭਾਅ ਜੀ ਅਤੇ ਗੋਲੂ ਹੁਣੇ ਸਾਰੇ, ਤੁਹਾਡਾ ਨਾਮ ਵੀ ਮੈਨੂੰ ਪਤਾ ਐਕਚੁਲੀ, ਅਤੇ ਇਹਨਾਂ ਦੀ ਬਹੁਤ ਸਪੋਰਟ ਹੈ। ਅਤੇ ਕਹਿੰਦੇ ਹੁੰਦੇ ਬੰਦਾ ਜਦੋਂ ਪਿਆਰ ਕਮਾਉਂਦਾ ਤਾਂ ਸਭ ਕੁਛ ਕਮਾ ਲੈਂਦਾ, ਪੈਸੇ ਪੂਰੀ ਜ਼ਿੰਦਗੀ ਕਮਾਉਣੇ। ਕੀ ਕਹਿੰਦੇ ਨੇ, ਅਸੀਂ ਤੈਨੂੰ
ਤੈਨੂੰ ਕਰਦੇ ਹਾਂ ਜਦੋਂ ਪਸੰਦ ਤੂੰ ਸਾਨੂੰ ਕੀ ਕਹਿੰਦੇ ਨੇ ਹਰ ਮੁੱਖ ਵਿੱਚ ਤੂੰ ਦਿਸਦਾ ਹਰ ਮੁੱਖ ਵਿੱਚ ਤੂੰ ਦਿਸਦਾ ਅੱਖਾਂ ਜਦੋਂ ਦੀ ਤੇਰੇ ਨਾਲ ਯਾਰ ਦੀ ਖੁਸ਼ਬੂ ਇੱਕ ਐਸਾ ਟਰੈਕ ਹੈ ਜਿਹੜਾ ਮੈਂ ਮੰਡਾਲੀ ਵਿੱਚ ਜਾ ਕੇ ਫੀਲ ਕੀਤਾ ਸੀ ਮਈਆ ਭਗਵਾਨ ਜੀ ਜਦੋਂ ਮੈਂ ਗਾਇਆ ਸੀ ਉੱਥੇ 5 ਮਿੰਟ ਮਿਲੇ ਸੀ ਮੈਨੂੰ ਉੱਥੇ ਫੀਲ ਕੀਤਾ ਸੀਗਾ ਜੋ ਉਹਦਾ ਇੱਕ ਟਾਈਮ ਪੀਰੀਅਡ ਬਣਿਆ ਸੀ ਸਾਰਾ ਅਸਲੀਅਤ ਹੋ ਮਿਲਿਆ ਏ ਜਿਸ ਦਿਨ ਦਾ ਮੈਨੂੰ ਤੂੰ ਸਾਈਆ ਉਸ ਦਿਨ ਤੋਂ ਦਿਲ ਨੂੰ ਚੀਜ਼ ਹੋਰ ਨਾ ਪਾਉਂਦੀਏ ਹੋ ਮਿਲਿਆ ਏ ਜਿਸ ਦਿਨ ਦਾ ਮੈਨੂੰ ਤੂੰ ਸਾਈਆ ਉਸ ਦਿਨ ਤੋਂ ਦਿਲ ਨੂੰ ਚੀਜ਼ ਹੋਰ ਨਾ ਪਾਉਂਦੀਏ ਭਾਵੇਂ ਬਹਿ ਜਾਵਾਂ ਮੈਂ ਜਾਸੂਰਾਣੀ ਫੁੱਲਾਂ ਦੇ ਮੈਨੂੰ ਫਿਰ ਵੀ ਮੇਰੀ ਯਾਰ ਦੀ ਖੁਸ਼ਬੂ ਆਉਂਦੀ ਏ ਤਾੜੀ ਲਾ ਦੇ ਚੰਗਾ ਲੱਗਿਆ ਅੱਗੇ ਕੀ ਕਿਹਾ ਅਹਿਸਾਸ ਜਦੋਂ ਯਾਰ ਦਾ ਅਹਿਸਾਸ ਰੋਮ ਰੋਮ ਰਗ ਰਗ ਵਿੱਚ ਹਰ ਥਾਂ ਥਾਂ ਆਉਂਦਾ ਉਸ ਵੇਲੇ ਦੀ ਗੱਲ ਕੀ ਕਹਿੰਦੇ ਨੇ ਜਿਸ ਪਾਸੇ ਵੀ ਜਾਵਾਂ ਮੈਨੂੰ ਰਾਹ ਲੱਭਦੇ ਨੇ ਤੇਰੇ ਚੱਲਣ ਜੋ ਠੰਡੀਆਂ ਹਵਾਵਾਂ ਇਹ ਮੈਨੂੰ ਸਾਹ ਲੱਗਦੇ ਨੇ ਤੇਰੇ ਸੁਣਦੀ ਹਾਂ ਜਦ ਕਦੇ ਵੀ ਧਿਆਨ ਲਗਾ ਕੇ ਸੁਨ ਤੇਰੇ ਤੇ ਗੀਤ ਕੁਦਰਤ ਗਾਉਂਦੀ ਏ ਭਾਵੇਂ ਬਹਿ ਜਾਵਾਂ ਮੈਂ ਹਾਏ ਜਾਸੂਰਾਣੀ ਫੁੱਲਾਂ ਦੇ ਮੈਨੂੰ ਫਿਰ ਵੀ ਮੇਰੇ ਤੋਤਾ ਦੀ ਖੁਸ਼ਬੂ ਆਉਂਦੀ ਏ ਇੱਕ ਅਸਲੀਅਤ ਅੰਤਰਾ ਮੰਡਾਲੀ ਸ਼ਰੀਫ ਤੋਂ ਸ਼ੁਰੂ ਹੋਈ ਸੀ ਕਹਾਣੀ ਸਾਰੀ ਸੋਰੀ ਮਈਆ ਭਗਵਾਨ ਜੀ ਤੋਂ ਸ਼ੁਰੂ ਹੋਈ ਸੀ ਬਾਪੂ ਲਾਲ ਬਾਦਸ਼ਾਹ ਕਦੀ ਸੁਣਿਆ ਨਹੀਂ ਗੋਦਰ ਦਾ ਨਾਮ ਪਤਾ ਨਹੀਂ ਸੀ ਇੱਥੇ ਕੀ ਕਹਿੰਦੇ ਨੇ ਉਹ ਦਿਨ ਕਦੇ ਨੀ ਭੁੱਲਣੇ ਜਦ ਸੀ ਹੰਝੂਆਂ ਦੇ ਨਲੀਆਰੀ ਉਹ ਦਿਨ ਕਦੇ ਨੀ ਭੁੱਲਣੇ ਜਦ ਸੀ ਹੰਝੂਆਂ ਦੇ ਨਲੀਆਰੀ ਹੱਥ ਜਦੋਂ ਦਾ ਫੜਿਆ ਤੂੰ ਕਿਸਮਤ ਖੁੱਲ ਗਈ
ਸਾਰੇ ਹੱਥ ਜਦੋਂ ਦਾ ਫੜਿਆ ਤੂੰ ਕਿਸਮਤ ਖੁੱਲ ਗਈ ਹੈ ਸਾਰੀ ਲਾਜਾ ਵਿਖਿਆ ਆ ਕੇ ਲਾਜਾ ਵਾਲਿਆ ਦੇ ਸਾਹਿਬ ਅੰਮ੍ਰਿਤ ਦੀ ਰੂਹ ਅੱਜ ਸ਼ੁਕਰ ਮਨੂ ਦੇ ਭਾਵੇਂ ਬਹਿ ਜਾਵਾਂ ਮੈਂ ਹਾਏ ਜਾ ਸੁਰਾਣੀ ਫੁੱਲਾਂ ਦੇ ਮੈਨੂੰ ਫਿਰ ਵੀ ਮੇਰੇ ਸਾਈ ਦੀ ਖੁਸ਼ਬੂ ਆਉਂਦੀ ਹੈ ਭਾਵੇਂ ਬਹਿ ਜਾਵਾਂ ਮੈਂ ਹਾਏ ਜਾ ਸੁਰਾਣੀ ਫੁੱਲਾਂ ਦੇ ਮੈਨੂੰ ਫਿਰ ਵੀ ਮੇਰੇ ਬਾਪੂ ਦੀ ਖੁਸ਼ਬੂ ਆਉਂਦੀ ਹੈ ਥੈਂਕ ਯੂ ਜੀ ਮੇਰੇ ਪਾਪਾ ਨਹੀਂ ਹੈਗੇ ਬਟ ਜਦੋਂ ਦੀ ਬਾਪੂ ਦੇ ਲੜ ਲੱਗੀ ਹੈ ਤਾਂ ਲੱਗਦਾ ਕਿ ਬਾਪੂ ਦਾ ਸਿਰ ਹੈਗਾ ਹੈ ਸੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਅਤੇ ਜੈ ਸਾਈਆਂ ਦੀ ਜੈ ਫਕਰਾਂ ਦੀ